वाइस चांसलर नूं हटाए जाण दी मंग। गुरु ग्रंथ साहिब विश्व यूनीवर्सिटी के वाइस चांसलर जसवीर सिंह आलूवालिया नूं हटाए जाण दी मंग पिछले कई दिनों तो चलती आ रही है, मगर अजे इसने उस वेले जोर फड़ लिया जदों कई पंथक जथेबंदियां ने एकजुट होकर वाइस चांसलर के खिलाफ मोर्चा खोल दिता। उन्होंने कहा कि यह एक सन्मानजनक अहुदा है जिस दे काबल नहीं है, उसके चरित्र ते कई इल्जाम लग चुके हैं। भावे अदालत विच यह दोष साबित नहीं हुए, पर उन्होंने इस वड्डे उत्थे ते रहन दा कोई अधिकार नहीं है। दल खालसा दे कबरपाल सिंह ने कहा कि इस पवित्र यूनीवर्सिटी का मुखी बाकी सारे नौजवानों लई एक रोल मॉडल हुंदा है, पर आलूवालिया का किरदार शुरू तो ही विवादां नाल घिरिया होया है, इसलिए उन्होंने इस अहुदे ते नहीं रहना चाहिए। ਭਾਈ ਸਮੂਹ ਪੰਥਕ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦਲ ਖਾਲਸਾ ਦਾਵੀ ਟਕਸਾਲ ਭਾਈ ਮੋਹਕਮ ਸਿੰਘ ਜੀ ਹੋਰ ਪੰਥਕ ਜਥੇਬੰਦੀਆਂ ਨੇ ਰਲ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਚਾਂਸਲਰ ਹਨ, ਉੱਥੋਂ ਦੀ ਦੇ ਜੋ ਵਾਈਸ ਚਾਂਸਲਰ ਡਾਕਟਰ ਜਸਵੀਰ ਸਿੰਘ ਆਲੂਵਾਲੀਆ ਦੀ ਨਿਯੁਕਤੀ ਦੇ ਸੰਬੰਧ ਵਿੱਚ ਮੰਗ ਪੱਤਰ ਦਿੱਤਾ ਗਿਆ ਵੀ ਜਿਹੜਾ ਵਿਅਕਤੀ ਤੁਸੀਂ ਉੱਥੇ ਇਸ ਪਵਿੱਤਰ ਅਹੁਦੇ 'ਤੇ ਲਾਇਆ ਗਿਆ ਉਹ ਵਿਅਕਤੀ ਚਰਿੱਤਰਹੀਣ ਹੈ, ਉਸ 'ਤੇ ਹੋਰ ਵੀ ਉਹਦੀ ਕਾਰਜ ਪ੍ਰਣਾਲੀ 'ਤੇ ਮਤਲਬ ਉਹਦਾ ਜਿਹੜਾ ਜੀਵਨ ਹੈ ਕਰੈਕਟਰ ਹੈ ਦਾਗੀ ਹੈ, ਇਹੋ ਜਿਹੀ ਵਿਅਕਤੀ ਨੂੰ ਲਾਉਣਾ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਉੱਚ ਅਹੁਦੇ 'ਤੇ ਬੜਾ ਅਪਮਾਨ ਵਾਲੀ ਗੱਲ ਹੈ। ਸੋ ਇਹ ਸਮੂਹ ਜਥੇਬੰਦੀਆਂ ਨੇ ਮਤਲਬ ਇਸ ਨਿਯੁਕਤੀ ਨੂੰ ਰੱਦ ਕਰਦੇ ਹੋਏ ਇਹਨਾਂ ਨੂੰ ਮੰਗ ਕੀਤੀ ਹੈ ਵੀ ਇੱਥੇ ਕੋਈ ਚੰਗੇ ਜੀਵਨ ਵਾਲਾ ਵਿਅਕਤੀ ਜਾਂ ਸ਼ਖਸੀਅਤ ਨੂੰ ਲਾਇਆ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਬਤੌਰ ਚਾਂਸਲਰ ਵਿਸ਼ਵ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ 'ਤੇ ਅਸੀਂ ਇੱਕ ਰੋਸ ਪੱਤਰ ਦਿੱਤਾ। ਇਹ ਰੋਸ ਪੰਥਕ ਜਥੇਬੰਦੀਆਂ ਵੱਲੋਂ ਇਸ ਕਰਕੇ ਜਤਾਇਆ ਜਾ ਰਿਹਾ ਕਿ ਇਹਨਾਂ ਨੇ ਇੱਕ ਦਾਗੀ ਵਿਅਕਤੀ ਨੂੰ ਜਿਹਦੇ ਉੱਤੇ ਸੰਗੀਨ ਜੁਰਮ ਲੱਗਦੇ ਨੇ, ਜਿਹਦੇ ਕਰੈਕਟਰ ਉੱਤੇ, ਜਿਹਦੇ ਕਿਰਦਾਰ ਉੱਤੇ, ਉਸ ਨੂੰ ਉਸ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਆਇਆ। ਦੇਖੋ ਜਿਹੜੀ ਯੂਨੀਵਰਸਿਟੀ ਦਾ ਨਾਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹੈ, ਉਸ ਦੇ ਉੱਚ ਅਹੁਦੇ ਦੇ ਨਾਲ ਇੱਕ ਸਤਿਕਾਰ ਅਤੇ ਅਦਬ ਜੁੜਦਾ ਹੈ, ਅਤੇ ਜਿਹੜਾ ਇਲਜ਼ਾਮ ਉਹਦੇ 'ਤੇ ਲੱਗਾ, ਬੇਸ਼ੱਕ ਭਾਵੇਂ ਕਿ ਉਹ ਉਸ ਨੂੰ ਅਦਾਲਤ ਦੇ ਵਿੱਚ ਉਹ ਜਿਹੜਾ ਇਲਜ਼ਾਮ ਹੈ ਸਾਬਤ ਨਹੀਂ ਵੀ ਹੋਇਆ, ਤਾਂ ਵੀ ਉਸ ਉੱਤੇ ਇੱਕ ਸਟਿਗਮਾ ਲੱਗਦਾ, ਦਾਗ ਲੱਗਦਾ। ਔਰ ਅਸੀਂ ਸਮਝਦੇ ਹਾਂ ਕਿ ਜਿਹੜਾ ਪੰਥ ਹੈ, ਜਿਹੜਾ ਅਸਾਧਾਰਨ ਸ਼ਰਧਾਵਾਨ ਸਿੱਖ ਹੈ, ਜਿਹੜੇ ਉੱਥੋਂ ਦੇ ਵਿਦਿਆਰਥੀ ਅਤੇ ਵਿਦਿਆਰਥਣਾਂ ਨੇ, ਉਹ ਇਸ ਵਿਅਕਤੀ ਨੂੰ ਸਤਿਕਾਰ ਅਤੇ ਅਦਬ ਨਹੀਂ ਦੇ ਸਕਦੇ। ਇਹ ਬੰਦਾ ਸਤਿਕਾਰ ਅਤੇ ਅਦਬ ਦਾ ਪਾਤਰ ਨਹੀਂ ਹੈ, ਦਾਗੀ ਹੈ, ਔਰ ਦਾਗੀ ਬੰਦੇ ਨੂੰ ਇਸ ਉੱਚ ਅਹੁਦੇ 'ਤੇ ਨਹੀਂ ਲਾਉਣਾ ਚਾਹੀਦਾ।